ਗਰਿੰਦਰ ਲਾਉਂਦਾ ਡੰਡ, ਹਸ਼ਮੀਰ ਲਾਉਣ ਨੀ ਦਿੰਦੇ, ਮਾਸਣ ਨੇ ਭਲਵਾਨ ਬਣਾਇਆ ਵਾ ਇਹ, ਹੈ ਮਾਸਣ ਲਾ ਕੇ ਦਿਖਾ ਦਿਓ ਵੀ ਡੰਡ, ਹਟ ਜਾ ਪਿੱਛੇ ਨੂੰ ਡੰਡ ਲੱਗਣ ਲੱਗ ਗਏ। ਓ ਬੱਲੇ ਬੱਲੇ ਮਾਰ ਲਈ ਥੱਲੇ बस बस रुक जाती मासल ज्यादा भी ना बेट मार उड़ तू गए थोड़ा जा लिया पाके थापी मार दे गुरिंदर मासा ने भलवान बनाना भाई ये मतलब जोर ला लवाओ इना खाली कर दे यार बोतल चल जिम्मे बेट वाले नहीं कब दो बजे तक उतरा कब दो जोश आ गया मार थापी जा मासल हाथों आके ले दे हुण थापी मार दे चल खेल जा उधर खेल थले ना हाथ रखी जा उधर खेल कद्दू कर दे हुण दलवीर कहिंदा क्या करना चप्पल पा ला मैं पा ली कत्ती पै गई घर जाके हूं खुराक खाई डंड डुंड ला ले ते है देसी क्या खाऊंगा जाके हूं हूं तो मुर्गा बढ़ा जाके दादू कह लेके आ मुर्गा ताई जान आऊंगी डंड डुंड तो ला लेना जी बकरा मंगा तू क्या बकरा लिया ढिड नहीं भरदा दही रोटी नाल ढिड भरदा अपने दादू पुछता मुर्गे का ढिड नहीं भरता बकरे का है भरता नहीं दही ना भरता है मुर्गा नहीं खाते दही खाते हैन हों मुर्गा
ਮਤਲਬ ਕਹਿੰਦਾ ਹਿੰਨ ਖਾ ਲੈਂਦੇ ਪੰਜਾਬੀ ਚ ਮੁਰਗਾ ਨੀ ਖਾਂਦੇ ਹੈ ਬੱਕਰਾ ਨਹੀਂ ਤੈ ਹੁਣ ਡੰਡ ਫੋਕੇ ਹੀ ਮਾਰਦੇ ਜਾਂ ਖਾਣਾ ਹੀ ਨੀ ਕੁਛ ਮੂੰਹ ਭਰ ਗਿਰਿਆ ਪੂਰੇ ਨੂੰ ਹੱਥ ਲਾ ਲਿਆ ਕਿਤੇ ਉਹੀ ਕੰਮ ਤਾਂ ਨੀ ਹੋ ਗਿਆ ਵੇ ਤੂੰ ਹਾਜ਼ਰ ਹੋ ਜਾ ਐ ਬਦਲ ਮਾਸਾ ਨੇ ਲਾਇਆ ਚੂਹੇ ਨੂੰ ਤਾਂ ਫਸਗੀ ਕਾਟੋ ਹੈ ਪਾਈਪਲਾਈਨ ਵਾਲੇ ਆ ਗਏ ਬੰਦੇ ਪਾਈਪਲਾਈਨ ਲੱਗੇ ਆ ਦਵਾਉਣ ਠੇਕੇ ਵਾਲੀ ਜ਼ਮੀਨ 'ਚ ਅਤੇ ਬਈ ਇਹਨਾਂ ਨੂੰ ਲਾਰੇ ਲਾਉਂਦਿਆਂ 10-15 ਦਿਨ ਹੋ ਗਏ ਮਤੋਂ ਹੀ ਆਏ ਕਾਬੂ ਪਹਿਲਾਂ ਰੂਟਾ ਬਿਟਰ ਨਾਲ ਫਾਂਟ ਦਿੱਤੀ ਤਾਂ ਹੁਣ ਲੱਗੇ ਇਹ ਪੱਟਣ ਇੱਧਰ ਚਾਚਾ ਖੜਾ ਚਾਚੇ ਨੂੰ ਮਿਲਾਉਂਦੇ ਹਾਂ ਹੋਰ ਚ ਲੱਗਿਆ ਜੀ ਪੈਪ ਲੈਣ ਦਬਾਉਣ 6 ਇੰਚੀ ਪੈਪ ਹਰਿਆਣੇ ਦੇ ਬੰਦੇ ਪੱਟਣੇ ਵਾਲੇ ਦੱਬਣੇ ਵਾਲੇ ਵੀ ਇਹਨਾਂ ਨਹੀਂ ਹੈ ਮਤੋਂ ਬਾਰੀ ਆਈ ਹੈ ਮਤੀ 10 ਦਿਨ ਹੋ ਗਿਆ ਜੀ ਗੱਲ ਕਰੀ ਕਹਿੰਦਾ ਕੱਲ੍ਹ ਨੂੰ ਆ ਜਾਣਾ ਟਰੈਕਟਰ ਕੱਲ੍ਹ ਨੂੰ ਆ ਜਾਣਾ ਅੱਜ ਆਇਆ ਅਸੀਂ ਤਾਂ ਕੱਲ੍ਹ ਜਵਾਬ ਵੀ ਦੇ ਦਿੱਤਾ ਵੀ ਹੁਣ ਭੇਜੀ ਧਾਨ ਲਾਉਂਦੇ ਹਾਂ ਪਾਣੀ ਛੱਡਣ ਦੇ ਵਿੱਚ ਅਸੀਂ ਤਾਂ ਖਾਲ ਵੀ ਪਾ ਦਿੱਤੀ ਪਰ ਰਾਤ ਟਰੈਕਟਰ ਆ ਗਿਆ ਫਿਰ ਅੱਠ ਕੁ ਵਜੇ ਜੋਮੈਟੋ ਕਰਤਾ ਦੂਰ ਦੇ ਕੋਲ ਜਮੀ ਕੋਲ ਉੱਥੇ ਟੀ ਪੈ ਜਾਣੀ ਥੱਲੇ ਉਹਨੇ ਢੱਕਣ ਲੱਗਣਾ ਅੱਗੇ ਹੀ ਵਾਲਡ ਕਰ ਦੇਣਾ ਇਹ ਵੀ ਖੋਲ ਕੇ ਲੈ ਕੇ ਜਾਣਾ ਪੈਣਾ ਹਾਂ ਖੋਲਣਾ ਪੈਣਾ ਅੱਗੇ ਖੋਲ ਲਓ ਹੁਣ ਇਹਦਾ ਕੋਈ ਚੱਕਰ ਹੁਣ ਖੋਲ ਲੁੰਦੇ ਹਾਂ ਬਸ ਇਹਨੂੰ ਚੂੜੀ ਪਵਾ ਲਈ ਆ ਮੂਹਰੇ ਤੇ ਗੱਬੇ ਟੀ ਹਾਂ ਗੱਬੇ ਵੀ ਚੂੜੀ ਪਾਉ ਆਹੀ ਟੀ ਕਾ ਸੂ ਹਾਂ ਹਾਂ ਪੂਰੇ ਟੀ ਹਾਂ ਹਾਂ ਇੱਕ ਸਹੀ ਨਾਲ ਕੱਢੋ ਜੀ ਹਾਂ ਉਹ ਤਾਂ ਨਿਕਲ ਜੀ ਉਹ ਆ ਨਾ ਬੋਰ ਵਾਲੀ ਨਰਮ ਆ ਜਗਾ ਇੱਥੇ ਟੀ ਪੈ ਜਾਣੀ ਟੀ ਪੈ ਜਾਣੀ ਮੂਹਰੇ ਚੂੜੀ ਮੂਹਰੇ ਚੂੜੀ ਆ ਵੀ ਹਾਲੇ ਮੂਹਰ ਦੇ ਗਲੀ ਮੈਨੂੰ ਵੱਢੂ ਵੱਢ ਕੇ ਛੋਟਾ ਹੋ ਜਾਣਾ ਚੱਲ ਪਲਾਸਟ ਵੀ ਬਣਾ ਦਿੰਦੇ ਨਹੀਂ ਚੂੜੀ ਬਸ ਚੂੜੀ ਚਾਹੀਦੀ ਆ ਮੂਹਰੇ ਵੱਢ ਕੇ ਛੋਟਾ ਨਹੀਂ ਕਰਨਾ ਮੈਂ ਕਹਿੰਦਾ ਹਾਂ ਕੋਟੇ ਹੀ ਨਵਾਂ ਦੇਣਾ ਹਾਂ ਕੋਟੇ ਹੀ ਨਵਾਂ ਦੇ ਮੂਹਰੇ ਬੈਲਟ ਕਰਾ ਦੂੰਗੇ ਚੂੜੀ ਵਾਲਾ ਨੂੰ ਕਿੱਦਾਂ ਮੂਹਰੇ ਬੈਲਟ ਕਰਾ ਦਈਏ ਜੀ ਚੂੜੀ ਵਾਲਾ ਲਿਆ ਕੇ ਆਇਓ ਨਾਲੇ ਮੂਹਰੇ ਵੱਧ ਜੂ ਚੂੜੀ ਵਾਲਿਆਂ ਦੇ ਕਢਾਉਣੀ ਤਾਂ ਹੈਗੀ ਉੱਥੇ ਬੈਲਟ ਕਰਾ ਦੂੰਗੇ ਮੂਹਰੇ 3 ਇੰਚੀ ਲਿਆਵੇ 3 ਇੰਚੀ ਵਿੱਚ ਪੈ ਜੂ ਹਾਂ ਬੈਲਟ ਹੋ ਗਈ ਬੈਲਟ ਹੋ ਜਾਣਾ 4 ਇੰਚੀ ਨੂੰ ਤਾਂ ਟੱਕਰ ਬਣਨੀ 3 ਇੰਚੀ ਬਣਾ ਦੇਵੇ 3 ਇੰਚੀ ਢੱਕਾ ਲਿਆਵੇ ਹਾਂ ਮੂਹਰੇ 3 ਇੰਚੀ ਢੱਕਾ ਲਿਆਵੇ ਪੈਪ ਵਿੱਚ ਵੜ ਕੇ ਦਵਾਲੇ ਦੇ ਭਰ ਹੋ ਜੂਗੇ ਸਾਡਾ ਜਾਂ ਪਾਈਪ ਲਾਈਨ ਪੈ ਗਈ ਫਿਰ ਤਾਂ ਮੂਹਰੇ ਤਾਂ ਬੰਦੇ ਰਹਿਣਾ ਹਾਂ ਹਾਂ ਮੂਹਰੇ ਤਾਂ ਚਵੱਚੇ ਵਾਲਾ ਕੰਮ ਤਾਂ ਹੁਣ ਚੱਕੇ ਹੀ ਗਿਆ ਚੱਕੇ ਗਿਆ ਚਵੱਚੇ ਵਾਲਾ ਕੰਮ ਤਾਂ ਖਤਮ ਆ ਅਤੇ ਸਪਰੇਅ ਸਪਰੂ ਨੂੰ ਆ ਹਾਂ ਇਹ ਪਾਣੀ ਭਰਨਾ ਚਵੱਚੇ ਜੀ ਲੱਗਦੇ ਪਟਾਈ ਬਹੁਤ ਵਧੀਆ ਕਰਦੀ ਆ ਹਾਂ ਹੈ ਨਾ ਰੇਲਾਂ ਬਣਾ ਦਿੱਤਾ ਜਗ੍ਹਾ ਜ਼ਿਆਦਾ ਚ ਉੱਧਰ ਦਵਾਏ ਦੇ ਆਪਾਂ ਨੇ ਪੈਪ ਉਹ ਤਾਂ ਕੁਛ ਨਹੀਂ ਜ਼ਿਆਦਾ ਹੱਥਾਂ ਵਾਲਾ ਕੰਮ ਹੁੰਦਾ ਉਹ ਤਾਂ ਕੁਛ ਨਹੀਂ ਟਾਈਮ ਹੀ ਬਹੁਤ ਲਾਉਂਦੇ ਅਜੇ 1 ਘੰਟੇ ਜਨਵੇਟ ਕਿੱਧਰ ਜਾਣਾ
ਹੁਣ ਇਹਨੂੰ ਘੰਟਾ ਹੋਰ ਲੱਗਣਾ ਸਾਰੀ ਵਢਾਈ ਕਰਨੇ ਵਧੀਆ ਕੰਮ ਆ ਲੀਕ ਵੀ ਨਹੀਂ ਕਿਤੇ ਪਾਪਾ ਜੀ ਹਾਂ ਜੋੜ ਜਾੜ ਜਿਹੜੇ ਗਰਮ ਕਰਕੇ ਚੜਾ ਕੇ ਲਾਉਂਦੇ ਆ ਨਾ ਲੀਕਿੰਗ ਨਹੀਂ ਹੈ ਉਹਦੀ ਲੀਕਿੰਗ ਜਮਈ ਅਨੇ ਜੜਦੇ ਵੀ ਜਿਹੜੇ ਦੇਖਦੇ ਨੇ ਹਾਂ ਇਹਦਾ ਮਾਹੀ ਦੱਬ ਕੇ ਗਿਆ ਆਈ ਥਿੰਕ ਦੱਬ ਗਿਆ ਉਹ ਜਿੱਥੇ ਪਾਣੀ ਨਿਕਲਦਾ ਹੋਵੇ ਹਾਂ ਇਹਨਾਂ ਨੂੰ ਇਹਨੂੰ ਪਤਾ ਤਾਂ ਤਾਂ ਹੀ ਤਾਂ ਉਰੇ ਖੜ ਗਿਆ ਤਾਂ ਅਗੇ ਕੱਲ ਸ਼ਾਮ ਨੂੰ ਮੈਂ ਜੱਗੇ ਨੂੰ ਫੋਨ ਕਰਿਆ ਵੀ ਬੰਦਾ ਖੜਾ ਕਹਿੰਦਾ ਸਾਰੇ ਏਰੀਏ 'ਚ ਇਹੀ ਹੈ ਅਸੀਂ ਹੋਵੇ ਕਹਿੰਦਾ ਥੋੜ੍ਹੇ ਕੰਮ ਕਰਕੇ ਨਹੀਂ ਜੇ ਆਉਂਦੇ ਉਰੇ ਮਾਂ ਸਾਨੂੰ ਫੋਨ ਤਾਂ ਕਰ ਦਿੰਦਾ ਹਾਂ ਵੀ ਭਾਈ ਥੋੜ੍ਹਾ ਕੰਮ ਉੱਦਾਂ ਦਾ ਸਾਡੇ ਨਾਲ ਗੱਲ ਕਰ ਗਿਆ ਮੈਂ ਫੋਨ ਚੱਕਣ ਦੇ ਹਟ ਗਿਆ ਫੋਨ ਤਾਂ ਚੱਕੀ ਜਾਂਦਾ ਇਹਨਾਂ ਨੂੰ ਆਇਆ ਨਾ ਲੰਬੀਆਂ ਲਾਈਨਾਂ ਮਿਲ ਜਾਂਦੀਆਂ ਹੁਣ ਕੰਮ ਖੜ ਗਿਆ ਹੁਣ ਗਰਮ ਕਰਕੇ ਜੋੜ ਚੜਦਾ ਬਾਕੀ ਗਾਹਾਂ ਗਾਹਾਂ ਤਕਨੀਕ ਬਦਲੀ ਜਾਂਦੀ ਹੈ ਆਪਣੇ ਨਹੀਂ ਜਿਹੜੀ ਪੰਜਾਬ ਚ ਇੱਧਰ ਹੈਗਾ ਇਹਨਾਂ ਦਾ ਯਾਰ ਹਰਿਆਣੇ ਵਾਲਿਆਂ ਦਾ ਹੀ ਹੈ ਇਹ ਹਰਿਆਣੇ ਵਾਲਿਆਂ ਦਾ ਹੀ ਹੈ ਪੰਜਾਬੀ ਦਾ ਜੇ ਵੀ ਆ ਜੇ ਵੀ ਇਹਨਾਂ ਦਾ ਪਾਉਂਦੇ ਆ ਖਾਲਾ ਬਹੁਤ ਪੜਦੀ ਹੈ ਚੌੜਾ ਪੜਦਾ ਹੁੰਦਾ ਕੱਦੂ ਨਹੀਂ ਹੁੰਦਾ ਫਿਰ ਕੱਦੂ ਜੇ ਟਰੈਕਟਰ ਕੱਢੀ ਜਾਂਦੇ ਇਹਦੇ ਚ ਜਿੱਕਣਾ ਮਰਜ਼ੀ ਹੋਈ ਜਾਵੇ ਇਹ ਟਾਇਰ ਕਹਿੰਦੇ ਜੀ ਵਿੱਚ ਇੱਧਰ ਖਾਲ ਨੂੰ ਪੂਰੀ ਮਿੱਟੀ ਡੌੜ ਨੂੰ ਪੂਰੀ ਮਿੱਟੀ ਲੱਗ ਗਈ ਘੰਟੇ ਤੱਕ ਫੋਨ ਕਰਦੀ ਤਿੰਨ ਕਿੱਲਿਆਂ ਦੀ ਲਾਈਨ ਘੰਟੇ 'ਚ ਪਰਟੋਗੀ ਪਹਿਲਾਂ ਦੇਖੋ ਗੰਜਾਂ ਨਾਲ ਪੜਦੇ ਹੁੰਦੇ ਤੇ ਪਾਈਪਲਾਈਨਾਂ ਜਾਂ ਜੇ ਸੀ ਬੀ ਨਾਲ ਸਭ ਤੋਂ ਸੌਖਾ ਤਰੀਕਾ ਬਾਈ ਨਾਲੇ ਟਾਈਮ ਘੱਟ ਲੱਗਦਾ ਆ ਟਰੈਕਟਰ ਦੀ ਤੋੜ ਦੇਖਿਓ ਕਿੰਨੀ ਕੁ ਤੋੜਾਂ ਦੇਖੋ ਜਿਵੇਂ ਹੀ ਘੱਟ ਘੰਟੇ 'ਚ ਬਾਈ ਨੇ ਤਿੰਨ ਕਿੱਲਿਆਂ ਦੀ ਲਾਈਨ ਫੜਤੀ ਬਾਹਰ ਥੋੜ੍ਹਾ ਜਿਹਾ ਰਹਿ ਗਿਆ ਮੁੰਡੇ ਦਾ ਹੀ ਉਹਨਾਂ ਜਿੱਥੇ ਤੱਕ ਰੁਕਾਵਟ ਦਿੱਤਾ ਅਤੇ ਆਹ ਸਾਰੀ ਲਾਈਨ ਥੋੜ੍ਹੀ ਇੱਧਰ ਨੂੰ ਦੀ ਬਾਕੀ ਇੱਧਰ ਅਤੇ ਉੱਧਰ ਮੋਟਰ ਵੱਲ ਨੂੰ ਜਾਂਦੀ ਹੈ ਇੱਕ ਘੰਟੇ 'ਚ ਪੜਤੀ ਬਾਈ ਬਾਕੀ ਪੈਪਾਂ ਵਾਲਿਆਂ ਨੇ ਵੀ ਆ ਜਾਣਾ ਉਹ ਦੇਖਦੇ ਹੁਣ ਪਹਿਲਾਂ ਇਹਨੂੰ ਮਿਲੂੰਗਾ ਇਹ ਟਰੈਕਟਰ ਵਾਲਾ ਬੰਦਾ ਫਿਰ ਆਪਣੇ ਉਹਨਾਂ ਬੰਦਿਆਂ ਨੂੰ ਦੱਸੂੰਗਾ ਵੀ ਇੰਨੇ ਫੁੱਟ ਪੈਪ ਲਿਆ ਲਿਆਓ ਹਰਿਆਣੇ 'ਚ ਆਏ ਵੇ ਆ ਬਾਈ ਇਹ ਬਾਕੀ ਇਹਨਾਂ ਦਾ ਕੰਟੈਕਟ ਨੰਬਰ ਵੀ ਤੁਹਾਨੂੰ ਦੇਵਾਂਗੇ ਇੱਥੇ ਟੀ ਪੈਣੀ ਆ ਇੱਥੇ ਇੱਕ ਗਾਹਾਂ ਥੋੜ੍ਹਾ ਜਿਹਾ ਅਸੀਂ ਮੋਗਾ ਰੱਖਣਾ ਉਰੇ ਇੱਕ ਉੱਥੇ ਟੀ ਪੈ ਕੇ ਉੱਧਰ ਨੂੰ ਚੱਲੇ ਨੇ ਇੱਕ ਉੱਧਰ ਉਰੇ ਮੋਗਾ ਰੱਖਣਾ ਉਰੇ ਟੀ ਪੈਣੀ ਆ ਅਤੇ ਉਹ ਸਿਰੇ ਪਰ ਐਲਬੋ ਪੈਣੀ ਆ ਗਾਹਾਂ ਇੱਧਰ ਸਿਰੇ ਪਰ ਵੀ ਐਲਬੋ ਪੈ ਜਾਣੀ ਉੱਥੇ ਐਲਬੋ ਪੈਣੀ ਆ ਅਤੇ ਉੱਥੇ ਪਿੱਛੇ ਟੀ ਪਾ ਕੇ ਉਹਨਾਂ ਨੇ ਢੱਕਣ ਲਾਉਣਾ ਉੱਥੇ ਵੀ ਮੋਗਾ ਰੱਖਣਾ ਇੱਕ ਪੈਪ ਲਾਈਨ ਦਾ ਬਾਕੀ ਬਾਈ ਬਹੁਤ ਵਧੀਆ ਇਹ ਸਿਸਟਮ ਤਾਂ ਬਹੁਤ ਵਧੀਆ ਲੱਗਿਆ ਪਟਾਈ ਵਾਲਾ ਵਧੀਆ ਬਾਈ ਇੱਕ ਨੰਬਰ ਕੰਮ ਬਾਕੀ ਤੁਹਾਨੂੰ ਪੈਪਾਂ ਵਾਲਿਆਂ ਨਾਲ ਵੀ ਮਿਲਾਉਂਗੇ ਆਉਣੇ ਵਾਲੇ ਉਹ ਵੀ